ਮੈਂ ਜਦੋਂ ਵੀ ਫੀਡ ਦੇਣ ਜਾ ਰਹੀ ਹਾਂ ਤਾਂ ਬੱਚੇ ਦੀ ਆਕਸੀਜਨ ਪਾਈਪ ਨੀਚੇ ਮਿਲਦੀ ਹੈ ਮੈਨੂੰ। 3 ਤਰੀਕ ਨੂੰ ਮੇਰੀ ਡਿਲੀਵਰੀ ਹੋਈ ਹੈ ਰਾਤ 8 ਵਜੇ। ਰਾਤ ਜਿਹੜਾ ਸਟਾਫ ਸੀਗਾ ਡਿਊਟੀ 'ਤੇ ਉਹਨਾਂ ਨੇ ਮੇਰੇ ਬੱਚੇ ਦੀ ਕੇਅਰ ਨਹੀਂ ਕੀਤੀ ਹੈਗੀ, ਸਾਰੀ ਰਾਤ ਉਹਦੇ ਕੋਲ ਬੈਠੀ ਰਹੀ, ਕੋਈ ਸਟਾਫ ਨੇ ਪਾਈਪ ਨਹੀਂ ਲਗਾਈ। ਮੇਰਾ ਬੱਚਾ ਔਖੇ ਔਖੇ ਸਾਹ ਲੈ ਰਿਹਾ, ਆਪਣਾ ਬੇਬੀ ਲੈ ਕੇ ਆਈ ਹੈ, ਠੀਕ ਹੈ, ਕੱਲ੍ਹ ਕੋਈ ਮੇਰਾ ਬੇਬੀ ਇੱਦਾਂ ਕੋਈ ਲੈ ਜੇ ਚੱਕ ਕੇ ਕੌਣ ਜ਼ਿੰਮੇਵਾਰ ਹੋਏਗਾ? ਜਿੱਦਣ ਮੇਰਾ ਬੱਚਾ ਐਡਮਿਟ ਕੀਤਾ ਇਹਨਾਂ ਨੇ ਸਰ ਕਿਸੇ ਹੋਰ ਬੇਬੀ ਨਾਲ ਸ਼ੀਸ਼ੇ ਦੇ ਵਿੱਚ ਪਾਇਆ ਹੋਇਆ। ਮਾਰਨਿੰਗ ਡਾਕਟਰ ਆਏ ਆ, ਬਹੁਤ ਗਲਤ ਬਿਹੇਵੀਅਰ ਕੀਤਾ ਮੇਰੇ, ਕਹਿੰਦੇ ਤੁਸੀਂ ਬੈੱਡ ਖਾਲੀ ਕਰੋ, ਨਹੀਂ ਅਸੀਂ ਸਿਕਿਉਰਿਟੀ ਗਾਰਡ ਨੂੰ ਬੁਲਾ ਕੇ ਧੱਕੇ ਮਾਰਾਂਗੇ। ਇੱਕ ਪਰਿਵਾਰ ਹੈ ਅਤੇ ਉਸ ਪਰਿਵਾਰ ਦੇ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਦੇਰ ਰਾਤ ਜਦੋਂ ਇੱਕ ਮਾਂ ਆਪਣੇ ਨਵਜਨਮੇ ਬੱਚੇ ਨੂੰ ICU ਦੇ ਵਿੱਚ ਫੀਡ ਦੇਣ ਜਾਂਦੀ ਹੈ, ਦੁੱਧ ਪਿਲਾਉਣ ਦੇ ਲਈ ਜਾਂਦੀ ਹੈ, ਤਾਂ ਉਹ ਬੱਚੇ 'ਤੇ ਜਿਹੜੀ ਆਕਸੀਜਨ ਲੱਗੀ ਸੀ ਉਹ ਆਕਸੀਜਨ ਹਟਾਈ ਹੁੰਦੀ ਹੈ ਅਤੇ ਕੋਈ ਵੀ ਮੌਜੂਦ ਨਹੀਂ ਹੁੰਦਾ, ਡਾਕਟਰ, ਨਰਸ ਜਾਂ ਅਟੈਂਡੈਂਟ, ਮੇਰੇ ਨਾਲ ਉਹ ਪੂਰਾ ਪਰਿਵਾਰ ਮੌਜੂਦ ਹੈ। ਪਰਿਵਾਰ ਦਾ ਇਹ ਦੋਸ਼ ਹੈ ਕਿ ਸਾਨੂੰ ਜਦੋਂ ਅਸੀਂ ਇਹ ਮੁੱਦਾ ਚੁੱਕਿਆ ਤਾਂ ਸਾਨੂੰ ਵਾਰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜਿਹੜਾ ਨਵਜਨਮਾ ਬੱਚਾ ਹੈਗਾ ਉਹ ਵੀ ਇੱਥੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੀ ਗੋਦ 'ਚ ਮੌਜੂਦ ਹੈ, ਅਤੇ ਜਿਹੜੀ ਉਸ ਬੱਚੇ ਦੀ ਜਨਮ ਦੇ ਨਾਲੀ ਮਾਂ ਹੈ ਮਨਪ੍ਰੀਤ, ਉਹਦੇ ਨਾਲ ਅਸੀਂ ਗੱਲ ਕਰਾਂਗੇ ਕਿ ਪੂਰਾ ਮਾਮਲਾ ਕੀ ਹੈ, ਕੀ ਮਾਮਲਾ ਸੀ। ਮਨਪ੍ਰੀਤ ਜੀ, ਤੁਸੀਂ ਕੀ ਦੇਖਿਆ, ਕੀ ਗੱਲ ਹੋਈ ਸੀ, ਕਦੋਂ ਤੁਹਾਡੀ ਡਿਲੀਵਰੀ ਹੋਈ ਹੈ ਅਤੇ ਤੁਹਾਡੇ ਨਾਲ ਉੱਥੇ ਕੀ ਹੋਇਆ? ਸਰ, 3 ਤਰੀਕ ਨੂੰ ਮੇਰੀ ਡਿਲੀਵਰੀ ਹੋਈ ਹੈ ਰਾਤ 8 ਵਜੇ, ਜਿਹੜੇ ਬੇਬੀ ਬੁਆਏ ਹੋਇਆ ਸੀਗਾ। 6 ਤਰੀਕ ਨੂੰ ਸਰ ਮੈਨੂੰ ਉੱਧਰੋਂ ਉਹਨਾਂ ਨੇ ਛੁੱਟੀ ਦਿੱਤੀ ਸੀ, ਬਟ ਮੈਨੂੰ ਸਰ ਆਪਣੇ ਬੇਬੀ ਦਾ ਪੀਲੀਆ ਲੱਗਿਆ, ਅਸੀਂ ਪੀਲੀਆ ਦੀ ਰਿਪੋਰਟ ਕਰਵਾਈ, ਸਾਨੂੰ ਡਾਕਟਰ ਨੇ ਸੈਂਪਲ ਕਿਹਾ ਦੇਣ ਲਈ, ਸੈਂਪਲ ਦੇ ਕੇ ਅਸੀਂ ਪੀਲੀਆ ਦੀ ਰਿਪੋਰਟ ਕਰਵਾਈ ਤਾਂ ਇਹਨੂੰ ਪੀਲੀਆ ਆਇਆ ਸੀ ਸਰ। ਪੀਲੀਆ ਲਈ ਇਹਨੇ ਕਹਿੰਦੇ ਸਾਨੂੰ ਐਡਮਿਟ ਕਰਨਾ ਪੈਣਾ, 6 ਤਰੀਕ ਨੂੰ ਮੈਂ ਆਪਣਾ ਬੱਚਾ ਇੱਥੇ ਐਡਮਿਟ ਕਰਤਾ। 6 ਤਰੀਕ ਤੋਂ ਬਾਅਦ ਇੱਥੇ ਐਡਮਿਟ ਹੋਇਆ ਹੋਇਆ, ਰਾਤ ਦੀ ਗੱਲ ਸਰ ਘਟਨਾ, ਰਾਤ ਜਿਹੜਾ ਸਟਾਫ ਸੀਗਾ ਡਿਊਟੀ 'ਤੇ ਉਹਨਾਂ ਨੇ ਮੇਰੇ ਬੱਚੇ ਦੀ ਕੇਅਰ ਨਹੀਂ ਕੀਤੀ ਹੈਗੀ। ਮੈਂ ਜਦੋਂ ਵੀ ਫੀਡ ਦੇਣ ਜਾ ਰਹੀ ਹਾਂ ਤਾਂ ਬੱਚੇ ਦੀ ਆਕਸੀਜਨ ਪਾਈਪ ਨੀਚੇ ਮਿਲਦੀ ਹੈ ਮੈਨੂੰ, ਉੱਥੇ ਹੀ ਪਈ ਆ, ਉਹਨਾਂ ਨੇ ਕੋਈ ਪਾਈਪ ਨਹੀਂ ਲਗਾਈ, ਉਹਨਾਂ ਦਾ ਕੋਈ ਸਟਾਫ ਨਹੀਂ ਹੈ ਅੰਦਰ ਸਰ। ਮੈਂ ਹਰ ਟਾਈਮ ਫੀਡ ਦੇਣ ਜਾ ਰਹੀ ਹਾਂ, ਬੱਚੇ ਦੀ ਭੂਆ ਜੀ, ਮੈਂ 3 ਵਜੇ ਤੱਕ ਸਾਰੀ ਰਾਤ ਉਹਦੇ ਕੋਲ ਬੈਠੀ ਰਹੀ, ਕੋਈ ਸਟਾਫ ਨੇ ਪਾਈਪ ਨਹੀਂ ਲਗਾਈ। ਸਰ ਮੈਂ ਫਿਰ ਵੀਡੀਓ ਬਣਾਈ, ਮੈਂ ਮਾਰਨਿੰਗ ਫਿਰ ਫੀਡ ਦੇਣ ਗਈ ਆਪਣੇ ਬੱਚੇ ਨੂੰ ਉੱਠ ਕੇ, ਕਿ ਮੈਂ ਆਪਣਾ ਬੱਚਾ, ਹਾਂਜੀ ਸਰ ਇੰਨਾ ਕੁ ਟਾਈਮ 3 ਵਜੇ ਆਏ ਹਾਂ, ਉਸ ਤੋਂ ਬਾਅਦ ਮੈਂ ਗਈ ਹਾਂ ਸਰ। ਫਿਰ ਮੈਂ ਕੀ ਦੇਖਦੀ ਹਾਂ ਸਰ, ਪਾਈਪ ਫਿਰ ਉੱਥੇ ਹੀ ਮਿਲਦੀ ਆ, ਫਿਰ ਮੈਂ ਘੰਟੇ ਬਾਅਦ ਫਿਰ ਜਾਂਦੀ ਹਾਂ ਸਰ ਆਪਣੇ ਬੱਚੇ ਨੂੰ ਦੇਖਣ, ਤਾਂ 6 ਵਜੇ ਵੀ 5 ਜਾਂ 6 ਦੇ ਟਾਈਮ ਦੇ ਵਿੱਚ ਸਰ ਪਾਈਪ ਉੱਥੇ ਹੀ ਪਈ ਹੈ, ਉਹਨਾਂ ਨੇ ਕੋਈ ਪਾਈਪ ਨਹੀਂ ਲਗਾਈ, ਮੇਰਾ ਬੱਚਾ ਔਖੇ ਔਖੇ ਸਾਹ ਲੈ ਰਿਹਾ, ਕੋਈ ਸਟਾਫ ਨਹੀਂ ਦੇਖ ਰਿਹਾ ਉਹਨੂੰ। ਉਸ ਤੋਂ ਬਾਅਦ ਸਰ ਮੈਂ ਵੀਡੀਓ ਬਣਾਈ ਆ, ਉਹਨਾਂ ਦਾ ਸਟਾਫ ਮੈਂਬਰ ਕੋਈ ਅੰਦਰ ਨਹੀਂ ਹੈ, ਚੇਅਰਸ ਇੱਦਾਂ ਹੀ ਪਈਆਂ, ਵੀਡੀਓ ਦੇਖ ਸਕਦੇ ਹੋ ਤੁਸੀਂ ਮੇਰੇ ਫੋਨ ਦੇ ਵਿੱਚ ਬਣੀਆਂ ਹੋਈਆਂ। ਮੈਂ ਆਪਣਾ ਬੇਬੀ ਚੱਕ ਕੇ ਬਾਹਰ ਲੈ ਆਉਂਦੀ ਹਾਂ ਆਪਣੇ ਕੋਲ, ਅਤੇ ਉਹਨਾਂ ਦਾ ਸਟਾਫ ਮੈਂਬਰ ਸਟੂਡੈਂਟਸ ਆਉਂਦੇ ਆ, ਤਾਂ ਉੱਥੇ ਹੀ ਹੁੰਦੇ ਆ, ਉਹ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਉਹਨਾਂ ਦਾ ਬੇਬੀ ਕੌਣ ਲੈ ਗਿਆ। ਸਰ ਮੈਂ ਆਪਣੇ ਮਦਰ ਆਪਣਾ ਬੇਬੀ ਲੈ ਕੇ ਆਈ ਹਾਂ, ਠੀਕ ਹੈ, ਕੱਲ੍ਹ ਕੋਈ ਮੇਰਾ ਬੇਬੀ ਇੱਦਾਂ ਕੋਈ ਲੈ ਜੇ ਚੱਕ ਕੇ ਕੌਣ ਜ਼ਿੰਮੇਵਾਰ ਹੋਏਗਾ? ਹੈ ਕੋਈ ਜ਼ਿੰਮੇਵਾਰ ਇਹਨਾਂ ਦਾ ਸਟਾਫ ਮੈਂਬਰ? ਉਸ ਤੋਂ ਬਾਅਦ ਤੁਸੀਂ ਕਿਸੇ ਮੌਕੇ 'ਤੇ ਮੌਜੂਦ ਡਾਕਟਰ ਨਾਲ ਗੱਲ ਕੀਤੀ, ਤੁਸੀਂ ਕਹਿ ਰਹੇ ਹੋ ਕਿ ਉਸ ਤੋਂ ਬਾਅਦ ਤੁਹਾਨੂੰ ਕਹਿਤਾ ਕਿ ਬੈੱਡ ਖਾਲੀ ਕਰ ਦਿਓ, ਬੈੱਡ ਖਾਲੀ ਕਰ ਦਿਓ? ਜੀ ਜੀ ਸਰ, ਰਾਤ ਵਾਲਾ ਸਟਾਫ ਆਇਆ, ਉਹ ਕਹਿੰਦੇ ਸਾਈਨ ਕਰੋ ਕਿ ਤੁਸੀਂ ਆਪਣਾ ਬੱਚਾ ਬਾਹਰ ਲੈ ਲਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਾਈਨ ਨਹੀਂ ਕਰਨੇ, ਮੇਰੇ ਹਸਬੈਂਡ ਆਉਣਗੇ ਤਾਂ ਉਹ ਸਾਈਨ ਕਰਨਗੇ, ਅਸੀਂ ਸਾਈਨ ਨਹੀਂ ਕਰਨੇ, ਅਸੀਂ ਬੱਚਾ ਮਜਬੂਰੀ 'ਚ ਲੈ ਕੇ ਆਏ ਹਾਂ ਸਰ, ਮੇਰੇ ਬੱਚੇ ਨੂੰ ਕੁਛ ਹੋ ਜਾਏਗਾ, ਇੱਦਾਂ ਹੀ ਪਾਇਆ ਹੋਇਆ, ਕੋਈ ਉਹਨੂੰ ਕੇਅਰ ਨਹੀਂ ਕਰ ਰਹੇ। ਉਹ ਇੱਕ ਗੱਲ ਸਰ ਹੋਰ, ਜਿੱਦਣ ਮੇਰਾ ਬੱਚਾ ਐਡਮਿਟ ਕੀਤਾ ਇਹਨਾਂ ਨੇ ਸਰ ਕਿਸੇ ਹੋਰ ਬੇਬੀ ਨਾਲ ਸ਼ੀਸ਼ੇ ਦੇ ਵਿੱਚ ਪਾਇਆ ਹੋਇਆ, ਹੋ ਸਕਦਾ ਉਹ ਬੇਬੀ ਨੂੰ ਇਨਫੈਕਸ਼ਨ ਹੋਵੇ, ਬੱਚਾ ਤਾਂ ਇਕੱਲਾ ਇਕੱਲਾ ਚਾਹੀਦਾ ਨਾ। ਇਹਨਾਂ ਨੇ 2 ਬੇਬੀ ਇਕੱਠੇ, ਇੱਕ ਮੇਰਾ ਬੇਬੀ ਹੈ, ਇੱਕ ਹੋਰ ਲੇਡੀ ਸੀ, ਲੇਡੀ ਦਾ ਬੇਬੀ ਸੀਗਾ, ਉਹ ਇਕੱਠੇ ਪਾਏ ਹੋਏ ਹੈ। ਹਾਂਜੀ ਸਰ, ਜਸਵੀਰ ਕੌਰ ਦਾ ਬੇਬੀ ਸੀ, ਉਹਨਾਂ ਨੂੰ ਕੱਲ੍ਹ ਹੀ ਲੀਵ ਮਿਲੀ ਹੈ, ਮੇਰੇ ਨਾਲ ਹੀ ਸੀ ਉਹਨਾਂ ਦਾ ਬੈੱਡ। ਇਹ ਬੱਚੇ ਇਕੱਠੇ ਆ, ਉਹਨਾਂ ਦੇ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ, ਤਾਂ ਮੇਰੇ ਬੱਚੇ ਨੂੰ ਇਨਫੈਕਸ਼ਨ ਤਾਂ ਹੋਏਗੀ ਨਾ। ਇਹ ਰਿਸਪੋਂਸੀਬਲ ਹੈ ਸਰ ਕਿ ਇਹਨਾਂ ਨੂੰ ਇਕੱਲਾ ਇਕੱਲਾ ਬੱਚਾ ਰੱਖਣਾ ਚਾਹੀਦਾ, ਇਨਫੈਕਸ਼ਨ ਉੱਥੋਂ ਹੀ ਹੋਊਗੀ।
ਹੁਣ ਤੁਹਾਡੀ ਸੁਣਵਾਈ ਹੋਈ, ਕੋਈ ਕਿਸੇ ਕੋਈ ਗੱਲ ਕੀਤੀ ਸਰ? ਨਹੀਂ ਡਾਕਟਰ, ਮੈਨੂੰ ਮਾਰਨਿੰਗ ਡਾਕਟਰ ਆਏ ਆ, ਬਹੁਤ ਗਲਤ ਬਿਹੇਵੀਅਰ ਕੀਤਾ ਮੇਰੇ ਸਰ, ਉਹ ਥੱਪੜ ਮਾਰਨ ਤੱਕ ਗਏ ਆ। ਇੱਕ ਉਹਨਾਂ ਨੇ ਮਾਰਿਆ ਨਹੀਂ ਬਟ ਮਾਰ ਵੀ ਸਕਦੇ ਸੀ, ਮੈਂ ਫਿਰ ਵੀ ਸਰ ਕੁਛ ਨਹੀਂ ਬੋਲਿਆ। ਉਹ ਕਹਿੰਦੇ ਤੁਸੀਂ ਬੈੱਡ ਖਾਲੀ ਕਰੋ, ਨਹੀਂ ਅਸੀਂ ਸਿਕਿਉਰਿਟੀ ਗਾਰਡ ਨੂੰ ਬੁਲਾ ਕੇ ਧੱਕੇ ਮਾਰਾਂਗੇ। ਚਲੋ ਮੈਂ ਬੈੱਡ ਖਾਲੀ ਕਰਦਾ ਸਰ, ਮੈਂ ਸਰਜੇਨੀਅਨ ਦੇ ਵਿੱਚ ਸਵੇਰ ਦੀ ਆਪਣੇ ਬੇਬੀ ਨੂੰ ਲੈ ਕੇ ਬਾਹਰ ਬੈਠੀ ਹਾਂ, ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਕੰਪਲੇਂਟ ਵੀ ਕੀਤੀ ਹੈ, ਜਿਹੜੇ ਮੇਰੇ ਨਾਲ ਗਲਤ ਬਿਹੇਵ ਕਰਕੇ ਗਏ ਆ ਉਹ ਡਾਕਟਰ ਕੁੰਡੀ ਲਗਾ ਕੇ ਬੈਠੇ ਆ, ਬਾਹਰ ਨਹੀਂ ਆ ਰਹੇ ਸਰ। ਮੈਨੂੰ ਤਾਂ ਇਨਸਾਫ ਚਾਹੀਦਾ ਆਪਣੇ ਬੇਬੀ ਲਈ। ਸੋ ਇਹ ਮਨਪ੍ਰੀਤ ਨੇ ਜਿਨ੍ਹਾਂ ਦਾ ਇਹ ਬੱਚਾ ਸੀਗਾ, ਅਤੇ ਇਹਨਾਂ ਨੇ ਦੋਸ਼ ਲਾਇਆ ਕਿ ਜਦੋਂ ਮੈਂ ਫੀਡ ਦੇਣ ਦੇ ਲਈ ICU 'ਚ ਜਾਂਦੀ ਸੀ ਤਾਂ ਬੱਚੇ ਨੂੰ ਆਕਸੀਜਨ ਕਰਕੇ ਹੀ ਉੱਥੇ ਰੱਖਿਆ ਗਿਆ ਸੀ, ਪਰ 2-3 ਵਾਰ ਜਾਣ 'ਤੇ ਵੀ ਬੱਚੇ ਦੇ ਆਕਸੀਜਨ ਨਹੀਂ ਸੀ ਲੱਗੀ ਹੋਈ। ਤੁਸੀਂ ਦੇਖੋ ਕਿ ਇਹ ਜਿਹੜਾ ਛੋਟਾ ਬੱਚਾ ਫਿਲਹਾਲ ਇਸ ਨੂੰ ਅਤੇ ਇਸ ਦੀ ਮਾਂ ਨੂੰ ਫਿਲਹਾਲ ਬਾਹਰ ਭੇਜਿਆ ਗਿਆ, ਅਤੇ ਉਸ ਤੋਂ ਬਾਅਦ ਇਹ ਜਿਹੜੇ ਹੋਰ ਲੋਕ ਨੇ ਇੱਥੇ ਉਹਨਾਂ ਨਾਲ ਵੀ ਅਸੀਂ ਗੱਲ ਕਰ ਲੈਂਦੇ ਹਾਂ। ਕਹਿੰਦੇ ਇਹ ਵੀ ਮੌਕੇ 'ਤੇ ਮੌਜੂਦ ਸੀਗੇ ਜਦੋਂ ਇਹਨਾਂ ਨੇ ਇਸ ਮੁੱਦੇ ਦੇ ਉੱਪਰ ਗੱਲ ਕੀਤੀ, ਤਾਂ ਹੁਣ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਦੇਖਿਆ ਸੀ ਜਦੋਂ ਤੁਸੀਂ ਮੌਕੇ 'ਤੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਾਰਜ ਵਿਰਕ। ਕੀ ਗੱਲ ਕੀ ਹੋਈ ਸੀ, ਤੁਸੀਂ ਵੀ ਮੌਕੇ 'ਤੇ ਸੀ? ਹਾਂਜੀ, ਮੇਰੇ ਨਾਲ ਮਤਲਬ ਭੈਣ ਘਰ ਬੇਬੀ ਹੋਇਆ ਜੀ, ਅਤੇ ਅਸੀਂ ਸਾਨੂੰ ਕਹਿੰਦੇ ਟੀਕੇ ਵਾਲੀ ਪਰਚੀ ਬਣਵਾ ਕੇ ਲਿਆਇਓ। ਅਸੀਂ 2-3 ਵਾਰੀ ਗਏ ਇਹਨਾਂ ਦੇ ਕੋਲ, ਮਤਲਬ ਕਦੇ ਸਾਨੂੰ ਉੱਧਰ ਭੇਜ ਦਿੰਦੇ ਹਨ, ਕਦੇ ਇੱਧਰ ਭੇਜ ਦਿੰਦੇ ਹਨ। ਅਸੀਂ ਖੱਜਲ ਖਵਾਰ ਹੋਏ ਇਹਨਾਂ ਕੋਲ ਆਏ, ਅਸੀਂ ਆਖਿਆ ਮੈਡਮ ਸਾਨੂੰ ਇੱਕ ਕਨਫਰਮ ਕਰਕੇ ਦੱਸੋ ਵੀ ਕਿੱਥੇ ਪਰਚੀ ਬਣੇ, ਕੀ ਚੱਕਰ ਹੈ। ਇਹਨਾਂ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਨਾਲੇ ਮੈਨੂੰ ਕਹਿੰਦੇ ਵੀ ਚੱਲ ਬਾਹਰ, ਚੱਲ ਬਾਹਰ ਇਹ ਕਿਹੜੀ ਲੈਂਗੁਏਜ ਹੈ ਜੀ, ਬੜਾ ਰੂਡ ਬਿਹੇਵੀਅਰ ਕੀਤਾ ਨਾ। ਕਹਿੰਦੇ ਹਾਂਜੀ ਹਾਂਜੀ, ਮੈਨੂੰ ਕਹਿੰਦੇ ਚੱਲ ਬਾਹਰ, ਕਹਿੰਦੇ ਤੂੰ ਬਾਹਰ ਚੱਲ, ਮੈਨੂੰ ਐਂ ਧੱਕੇ ਮਾਰ ਕੇ ਕਹਿੰਦੇ ਬਾਹਰ ਚੱਲ। ਮੈਂ ਵੀ ਚੱਲ ਬਾਹਰ ਇਹ ਕੀ ਲੈਂਗੁਏਜ ਹੁੰਦੀ, ਤੁਸੀਂ ਉਂਝ ਕਹਿ ਦਿਓ ਹੈ ਨਾ ਜੀ, ਨਾਲੇ ਅਸੀਂ ਤਾਂ ਪੁੱਛ ਨਹੀਂ ਆਏ ਹਾਂ, ਅਸੀਂ ਕਿਹੜਾ ਤੁਹਾਨੂੰ ਕੁਝ ਕਹਿਣ ਦੇ ਹਾਂ ਜੀ। ਸੋ ਇੱਕ ਹੋਰ ਮਰੀਜ਼ ਦੇ ਰਿਸ਼ਤੇਦਾਰ ਨੇ, ਉਹ ਕਹਿੰਦੇ ਜੀ ਸਾਡੇ ਨਾਲ ਵੀ ਮਿਸਬਿਹੇਵ ਕੀਤਾ, ਇਹਨਾਂ ਦੇ ਦੱਸਣ ਅਨੁਸਾਰ ਉਸ ਬੱਚੇ ਦੇ ਜਿਹੜੇ ਪਿਤਾ ਨੇ, ਫਾਦਰ ਨੇ, ਉਹ ਵੀ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ। ਨਾਮ ਕੀ ਹੈ ਤੁਹਾਡਾ? ਸਰ ਕੀ ਨਾਮ ਹੈ? ਇੱਧਰ ਆ ਜਾਓ। ਦਵਿੰਦਰ ਸਿੰਘ ਜੀ। ਦਵਿੰਦਰ ਜੀ, ਤੁਸੀਂ ਜਦੋਂ ਗਏ ਸੀ ਤਾਂ ਉੱਥੇ ਕੌਣ ਡਾਕਟਰ ਸੀ, ਅਤੇ ਡਾਕਟਰ ਸਾਹਿਬ ਨੇ ਕੀ ਕਿਹਾ ਤੁਹਾਨੂੰ? ਡਾਕਟਰ ਸਾਹਿਬ ਸੀਗੇ ਜੀ, ਮੈਂ ਤੁਹਾਨੂੰ ਵੀਡੀਓ ਸੈਂਡ ਕੀਤੀ ਆ, ਉਹ ਡਾਕਟਰ ਸਾਹਿਬ ਤੇ ਉਹਨਾਂ ਸਾਨੂੰ ਬਹੁਤ ਮਾੜਾ ਬੋਲ ਕੇ ਦਰਵਾਜ਼ਾ ਬੰਦ ਕਰਕੇ, ਸਾਡੇ ਮੂੰਹ ਦਾ ਦਰਵਾਜ਼ਾ ਬੰਦ ਕਰਕੇ ਬਾਹਰ ਨਿਕਾਲਤਾ ਜੀ। ਉਹ ਤੋਂ ਬਾਅਦ ਅਸੀਂ ਅੱਧਾ ਘੰਟਾ ਬਾਹਰ ਬੈਠੇ ਰਹੇ, ਸਾਨੂੰ ਕੁਛ ਨਹੀਂ, ਨਾ ਅੰਦਰ ਵੜਨ ਦਿੱਤਾ ਜੀ, ਨਾ ਸਾਡੇ ਨਾਲ ਕੋਈ ਗੱਲ ਕੀਤੀ। ਬਹੁਤ ਚੰਗਾ ਮਾੜਾ ਚੰਗਾ ਬੋਲਿਆ ਜੀ ਸਾਨੂੰ, ਇੱਦਾਂ ਦਾ ਕੁਛ ਨਹੀਂ ਹੈਗਾ ਵੀ ਹਾਂ ਉਰੇ ਕੋਈ ਮੈਡੀਕਲ ਚੱਲ ਰਿਹਾ, ਕੁਛ ਵੀ ਚੱਲ ਰਿਹਾ, ਇੱਦਾਂ ਦੀ ਕੋਈ ਕੇਅਰ ਨਹੀਂ ਹੈਗੀ। ਤੁਹਾਡੀ ਵਾਈਫ ਨੂੰ ਕਹਿੰਦੇ ਬਾਹਰ ਚਲੇ ਜਾਓ, ਬਾਹਰ ਬੈਠੇ? ਬਾਹਰ ਭੇਜਤਾ ਜੀ ਵਾਈਫ ਨੂੰ, ਸਵੇਰੇ 8 ਵਜੇ ਦੇ ਬਾਹਰ ਬੈਠੇ ਜੀ ਉਹ, ਹੁਣ ਤੱਕ ਇੱਦਾਂ ਦਾ ਕੁਛ ਨਹੀਂ ਹੈਗਾ। ਅਤੇ ਹੁਣ ਕਾਰਵਾਈ ਦੀ ਕੀ ਮੰਗ ਕੀਤੀ? ਕਿਸੇ ਅਧਿਕਾਰੀ ਨੂੰ ਮਿਲੇ ਹੋਵੋ, ਕੋਈ ਕਾਰਵਾਈ ਦੀ ਮੰਗ ਕੀਤੀ ਤੁਸੀਂ ਵੀ ਜਾਂਚ ਹੋਣੀ ਚਾਹੀਦੀ ਹੈ? ਹਾਂਜੀ ਕੀਤੀ ਹੈ ਜੀ ਅਸੀਂ ਕਾਰਵਾਈ ਦੀ ਮੰਗ, ਅਸੀਂ ਵੱਡੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਵੀ ਆਏ ਹਾਂ ਜੀ, ਪਰ ਅਜੇ ਤੱਕ ਇੱਦਾਂ ਦਾ ਕੁਛ ਨਹੀਂ ਹੈਗਾ ਜੀ ਵੀ ਸਾਡੇ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਜੀ। ਅਸੀਂ ਇੱਥੇ ਹੀ ਬੈਠੇ ਹਾਂ, ਸਵੇਰ ਦੇ 8 ਵਜੇ ਤੋਂ ਬਾਹਰੇ ਮੇਰੀ ਘਰਵਾਲੀ ਦਾ ਆਪਰੇਸ਼ਨ ਹੋਇਆ ਹੋਇਆ ਜੀ, ਅਸੀਂ ਬਾਹਰੇ ਕੁਰਸੀਆਂ 'ਤੇ ਬੈਠੇ ਹਾਂ ਜੀ, ਇੱਦਾਂ ਦਾ ਕੁਛ ਨਹੀਂ ਹੈਗਾ ਜੀ। ਅਸੀਂ 2-3 ਥਾਂ ਜਾ ਕੇ ਵੀ ਆਏ ਹਾਂ, ਸਾਡੀ ਕੋਈ ਕਾਰਵਾਈ ਨਹੀਂ ਅਜੇ ਹੋਈ। ਦਵਿੰਦਰ ਸਿੰਘ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਬਾਬਤ ਜਿਹੜੇ ਸੀਨੀਅਰ ਅਧਿਕਾਰੀ ਨੇ, ਸਿਵਲ ਸਰਜਨ ਨੇ ਜਾਂ ਹੋਰ ਸੁਪਰਡੈਂਟ ਵਗੈਰਾ ਨੇ, ਉਹਨਾਂ ਨੂੰ ਮਿਲੇ ਸੀ, ਪਰ ਉਹਨਾਂ ਨੇ ਇਹੀ ਗੱਲ ਕਹੀ ਕਿ ਅਸੀਂ ਕਾਰਵਾਈ ਕਰਾਂਗੇ। ਸੋ ਥੋੜ੍ਹੀ ਇੱਕ ਵਾਰੀ ਪਿੱਛੇ ਮੈਂ ਉਹ ਹਾਲ ਦਿਖਾ ਦਿਆਂ ਜਿੱਥੇ ਬੱਚਿਆਂ ਨੂੰ ਰੱਖਿਆ ਜਾਂਦਾ, ਅਤੇ ਅਕਸਰ ਇਸ ਬਾਰੇ ਗੱਲ ਹੁੰਦੀ ਹੈ ਕਿ ਜਿਹੜੇ ਪਰਿਵਾਰ ਨੇ ਉਹਨਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਨੇ ਕਿ ਸਾਡੇ ਨਾਲ ਸਹੀ ਵਤੀਰਾ ਨਹੀਂ ਹੁੰਦਾ। ਸੋ ਸੱਚਾਈ ਕੀ ਹੈ ਉਹ ਜਾਂਚ ਤੋਂ ਬਾਅਦ ਜ਼ਰੂਰ ਸਾਹਮਣੇ ਆਊਗਾ, ਪਰ ਇੱਕ ਪਰਿਵਾਰ ਦੇ ਵੱਲੋਂ ਜਿਸ ਤਰ੍ਹਾਂ ਦੋਸ਼ ਲਗਾਏ ਗਏ ਨੇ, ਅਤੇ ਇੱਕ ਔਰਤ ਜਿਹਨੇ ਸਿਰਫ ਕੁਝ ਦਿਨ ਪਹਿਲਾਂ, 2-4 ਦਿਨ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਸਿਜ਼ੇਰੀਅਨ ਆਪਰੇਸ਼ਨ ਹੋਇਆ ਜਿਹਦਾ, ਉਸ ਨੂੰ ਵੀ ਇਸ ਤਰ੍ਹਾਂ ਬਾਹਰ ਬਿਠਾ ਦੇਣਾ, ਆਪਣੇ ਆਪ 'ਚ ਇਸ ਹਸਪਤਾਲ ਦੇ ਜਿਹੜਾ ਸਿਸਟਮ ਹੈ, ਪ੍ਰਬੰਧ ਹੈ, ਉਹਦੇ ਉੱਪਰ ਸਵਾਲ ਖੜ੍ਹੇ ਕਰਦਾ ਹੈ। ਅਜੇ ਇਹ ਮੇਰੇ ਕੋਲ ਅੱਧਾ ਘੰਟਾ ਹੀ ਮੇਰੇ ਕੋਲ ਪਹਿਲਾਂ ਇਹ ਮਾਮਲਾ ਕੁਛ ਪਤਾ ਲੱਗਣਾ ਹੈ। ਵੀਡੀਓ ਤੁਸੀਂ ਦਿਖਾਈਆਂ, ਮੈਂ ਤਾਂ ਵੀਡੀਓਜ਼ ਵੀ ਨਹੀਂ ਦੇਖੀਆਂ ਸੀਗੀਆਂ, ਅਤੇ ਹਰ ਚੀਜ਼ ਦੇ 2 ਪਹਿਲੂ ਹੁੰਦੇ, ਜੇ ਸਾਡੇ ਵੱਲੋਂ ਕੋਈ ਲੈਪਸ ਹੋਇਆ
ਤਾਂ ਮੈਂ ਬਹੁਤ ਸਟ੍ਰਿਕਟਲੀ ਇਹਦੇ ਅਗੇਂਸਟ ਐਕਸ਼ਨ ਲਊਂਗਾ, ਠੀਕ ਹੈ ਨਾ। ਬਾਕੀ ਮੈਂ ਪੂਰੀ ਇਨਕੁਆਇਰੀ ਕਰੂੰਗਾ, ਮੇਰੇ ਡਾਕਟਰਸ ਇੱਥੇ ਬਹੁਤ ਮਿਹਨਤ ਕਰਦੇ ਕੰਮ ਕਰਦੇ ਆ, ਸਟਾਫ ਵੀ ਮੇਰਾ ਬਹੁਤ ਕੰਮ ਕਰਦਾ ਜੀ, ਠੀਕ ਹੈ ਨਾ। ਵੰਸ ਇਨ ਅ ਵਾਇਲ ਕਿਤੇ ਨਾ ਕਿਤੇ ਕੋਈ ਨਾ ਕੋਈ ਇਹ ਘਟਨਾ ਹੋ ਸਕਦੀ ਹੈ, ਮੈਂ ਡਿਨਾਈ ਨਹੀਂ ਕਰ ਰਿਹਾ, ਪਰ ਮੈਂ ਜਦ ਤੱਕ ਮੈਨੂੰ ਪੂਰਾ ਪ੍ਰੋਪਰ ਨਹੀਂ ਪਤਾ ਲੱਗਦਾ ਵੀ ਕੀ ਹੋਇਆ, ਜਦ ਤੱਕ ਇਸ 'ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਨਹੀਂ ਹਾਂਜੀ, ਇੱਦਾਂ ਨਹੀਂ ਹੁੰਦਾ ਜੀ, ਨਹੀਂ ਨਹੀਂ, ਪਲੀਜ਼ ਅਗੇਨ ਇਹ ਨਹੀਂ ਹੁੰਦਾ, ਬਿਲਕੁਲ ਨਹੀਂ, ਪੁੱਛਿਆ ਕਿਉਂ ਨਹੀਂ ਜਾਂਦਾ, ਹਰ ਚੀਜ਼ ਪ੍ਰੋਪਰ ਢੰਗ ਨਾਲ ਹੁੰਦੀ ਹੈ, ਜੋ ਮਰਜ਼ੀ ਕੋਈ ਕਹੀ ਜਾਵੇ। ਆਈ ਡੋਂਟ ਬਲੀਵ ਦਿਸ ਬਿਕੋਜ਼ ਇੱਥੇ ਮਾਤਾ ਕੌਸ਼ਲਿਆ ਹਸਪਤਾਲ ਵਿੱਚ 450 ਤੋਂ ਵੱਧ ਹਰ ਮਹੀਨੇ ਡਿਲੀਵਰੀਜ਼ ਹੁੰਦੀਆਂ ਨੇ, ਪੇਸ਼ੈਂਟ ਸਾਡੇ ਕੋਲ ਸਾਰੇ ਬਹੁਤ ਹੈਪੀ ਹੋ ਕੇ ਜਾਂਦੇ ਆ। ਵੰਸ ਇਨ ਵਾਇਲ ਕੋਈ ਨਾ ਕੋਈ ਕੰਪਲੇਂਟ ਤਾਂ ਬੰਦਾ ਕਰਦਾ ਹੀ ਹੈ, ਠੀਕ ਹੈ ਨਾ। ਹੁਣ ਉਹ ਲੇਡੀਜ਼ ਕਿਉਂ ਬਾਹਰ ਬਿਠਾਈਆਂ ਨੇ, ਆਈ ਵਿਲ ਹੈਵ ਟੂ ਫਾਈਂਡ ਆਊਟ ਅਗੇਨ, ਇੱਦਾਂ ਅਗੇਨ ਮੈਂ ਕਿਵੇਂ ਆਪਣੇ ਹਸਪਤਾਲ ਦੇ ਅਗੇਂਸਟ ਕਰੂੰਗਾ। ਬਿਲਕੁਲ ਠੀਕ ਹੈ ਜੀ, ਮੈਨੂੰ ਪਤਾ ਲੱਗਿਆ, ਡਾਕਟਰ ਸਾਹਿਬ ਵੀ ਮੇਰੇ ਐਸ ਐਮ ਓ ਸਾਹਿਬ ਕਹਿ ਰਹੇ ਨੇ ਬੱਚਾ ਬਿਲਕੁਲ ਠੀਕ ਹੈ ਜੀ, ਬੱਚਾ ਤਾਂ ਵੈਸੇ ਉਹਨਾਂ ਦਾ ਬਿਲਕੁਲ ਠੀਕ ਸੀਗਾ, ਬੱਚਾ ਇੱਥੇ ਹੀ ਪੈਦਾ ਹੋਇਆ, 3 ਦਿਨ ਬਾਅਦ ਉਹਨੂੰ ਪੀਲਿਆ ਹੋ ਗਿਆ ਸੀ, ਉਹਨੂੰ ਫਿਰ ਪੀਲਿਆ ਵਾਸਤੇ ਉਹਦਾ ਟ੍ਰੀਟਮੈਂਟ ਕੀਤਾ, ਠੀਕ ਹੈ ਨਾ। ਉਸ ਤੋਂ ਬਾਅਦ ਇਹ ਗੱਲ ਹੋਈ ਹੈ, ਹੋ ਸਕਦਾ ਜੀ ਉਹ ਦੂਜੀ ਪਾਰਟੀ ਵੀ ਲੜੇ ਹੋਣ ਸਾਡੇ ਡਾਕਟਰਸ ਨੂੰ, ਵੀ ਹੈਵ ਟੂ ਫਾਈਂਡ ਆਊਟ, ਇੱਕ ਪਕਸ਼ ਤਾਂ ਹੋ ਹੀ ਨਹੀਂ ਸਕਦਾ। ਸੋ ਲੈਟ ਅਸ ਲੈਟ ਮੀ ਫਾਈਂਡ ਆਊਟ ਵੀ ਸੀ ਵਟ ਵੀ ਕੈਨ ਡੂ। ਸਰ ਰਾਤ ਨੂੰ ਕਿਹੜੇ ਡਾਕਟਰ ਉੱਥੇ ਡਿਊਟੀ ਤੇ ਸੀ ਜੋ ਵੀਡੀਓ ਬਣਾਈ ਗਈ ਹੈ ਕਿ ਕੋਈ ਉੱਥੇ ਮੌਜੂਦ ਜੀ? ਉਹ ਕੀ ਹੋ ਸਕਦਾ ਜੀ, ਪਲੀਜ਼ ਵੀਡੀਓ ਤਾਂ ਹੁਣ ਡਾਕਟਰ ਸਾਹਿਬ ਜਦੋਂ ਬਾਈ ਚਾਂਸ ਕਿਤੇ ਹੋਰ ਪੇਸ਼ੈਂਟ ਨੂੰ ਦੇਖਣ ਚਲੇ ਗਏ ਤਾਂ ਵੀ ਕੋਈ ਬੰਦਾ ਵੀਡੀਓ ਬਣਾ ਸਕਦਾ ਹੈ? ਸਿਕਿਉਰਿਟੀ ਗਾਰਡ ਕੋਈ? ਨਹੀਂ, ਸਿਕਿਉਰਿਟੀ ਗਾਰਡ ਸਾਰੇ ਹੁੰਦੇ ਨੇ ਜੀ, ਸਿਕਿਉਰਿਟੀ ਗਾਰਡ। ਹਾਂਜੀ, ਉੱਥੇ ਹਮੇਸ਼ਾ 2-3 ਡਾਕਟਰ ਸਾਡੇ ਕੋਲ ਹੁੰਦੇ ਆਲਵੇਜ਼। ਹਾਂਜੀ, ਮੈਨੂੰ ਇੱਦਾਂ ਨਹੀਂ, ਹੁਣ ਐਡਾ ਵੱਡਾ ਅਧਾਰਾ ਹੈਗਾ, ਆਫ ਰਿਕਾਰਡ ਮੈਨੂੰ ਨਹੀਂ ਪਤਾ ਕਿਹਦੀ ਡਿਊਟੀ ਸੀਗੀ।